ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣ ਨਹੀਂ ਕਰ ਸਕੋਗੇ ਪਹਿਲੇ ਵਰਗੇ ਨਜ਼ਾਰੇ ਇੱਕ ਤਰੀਕ ਤੋਂ ਬਦਲਣ ਜਾ ਰਹੇ ਨੇ ਆਹ ਨਿਯਮ ਹਾਂਜੀ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਦੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉਹ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ हां जी 1 ਜਨਵਰੀ 2022 ਤੋਂ ਕ੍ਰੈਡਿਟ ਡੈਬਿਟ ਕਾਰਡ ਰਾਹੀਂ ਆਨਲਾਈਨ ਖਰੀਦਦਾਰੀ ਦੇ ਡਿਜੀਟਲ ਭੁਗਤਾਨ ਦੇ ਤਰੀਕੇ 'ਚ ਬਦਲਾਅ ਹੋਣ ਜਾ ਰਿਹਾ ਹੈ। ਇਸ ਦਾ ਕਾਰਨ ਹੈ ਕਿ 1 ਜਨਵਰੀ ਤੋਂ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਨਿਯਮ ਲਾਗੂ ਹੋ ਗਿਆ ਹੈ। ਇਸ ਨਿਯਮ ਦੇ ਕਾਰਨ ਵਪਾਰੀ ਦੀ ਵੈੱਬਸਾਈਟ ਆਪ ਨੂੰ ਥੋੜੇ ਕਾਰਡ ਦੇ ਵੇਰਵਿਆਂ ਨੂੰ ਸਟੋਰ ਨਹੀਂ ਕਰ ਸਕੋਗੇ ਅਤੇ ਇਸ ਨੂੰ ਉਸ ਵਾਪਰੀ ਵੈਬਸਾਈਟ ਐਪ ਤੋਂ ਮਿਟਾ ਦਿੱਤਾ ਜਾਏਗਾ ਜਿਸ ਦੇ ਤੁਹਾਡੇ ਕਾਰਡ ਦੇ ਵੇਰਵੇ ਹਾਲੇ ਵੀ ਸਟੋਰ ਕੀਤੇ ਨੇ ਇਸ ਦਾ ਮਤਲਬ ਹੈ ਕਿ ਹੁਣ ਜੇਕਰ ਤੁਸੀਂ ਆਪਣਾ ਕ੍ਰੈਡਿਟ ਡੈਬਿਟ ਕਾਰਡ ਨਾਲ ਆਨਲਾਈਨ ਖਰੀਦਦਾਰੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਹੈ ਆਪਣੇ ਡਿਜੀਟਲ ਭੁਗਤਾਨ ਲਈ ਕਾਰਡ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਕਾਰਡ ਦੇ ਵੇਰਵੇ ਸਟੋਰ ਨਹੀਂ ਕੀਤੇ ਜਾਣਗੇ ਤੁਹਾਨੂੰ ਜਾਂ ਤਾਂ 16 ਅੰਕਾਂ ਦੇ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਨੰਬਰ ਸਮੇਤ ਪੂਰੀ ਕਾਰਡ ਵੇਰਵਾ ਦਾਖਲ ਕਰਨਾ ਪਏਗਾ ਜਾਂ ਟੈਕਨੋਲੋਜੀ ਵੀ ਕਲਪ ਦੀ ਚੋਣ ਕਰਨੀ ਪਵੇਗੀ ਹੁਣ ਕੀ ਹੁੰਦਾ ਹੈ ਤੁਹਾਡਾ ਕਾਰਡ ਨੰਬਰ ਭੁਗਤਾਨ ਐਪ ਜੋਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਤੇ ਸਟੋਰ ਕੀਤਾ ਹੈ ਇਹਦਾ ਸਿਰਫ CVV ਤੇ OTP ਦਾਖਲ ਕਰਕੇ ਭੁਗਤਾਨ ਕਰ ਸਕਦੇ ਹੋ ਖਬਰ ਲਾ ਸਕਦੇ ਖਲ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ